रंग जुनैदी कादरी पूरा रंग है सिबगा तल्ला सदका पाक अलीदा सानू लब्या नूर तजल्ला فقد قال الله تبارك وتعالى في كلامه المجيد وفرقان الحميد بسم الله الرحمن الرحيم وما قال الله ليعذبهم وأنت فيهم صدق الله مولانا العظيم وصدق رسوله النبي الكريم الأمين میرے لجپال میرے مالک شہنشاہ فخر وارث جماعت جنیدیہ قادر وقت نائب صدر رسول اللہ دیوان معظم دیوان محمد مشت عمر اکرم اللہ شان اللہ آپ کی ذات مقدس حضور دی نبی کریم روح الرحیم صلی اللہ علیہ وآلہ وسلم آپ دی مدھا سرائی کر دے کچھ اس طرح فرما دے دے کہ خدا خود ہے محمد کا خدائی ہے محمد کی خدا خود ہے محمد کا خدائی ہے محمد کی اور ازل کی قلم کے اندر رسائی ہے محمد کی خدا خود ہے محمد کا خدائی ہے محمد کی ازل کی قلم کے اندر رسائی ہے محمد کی ایک جگہ آپ پنجابی دے اندر ارشاد فرما رہے ہیں کہ یا رسول خدا سب تساں دی نکل یا رسول خدا سب تساں دی نکل میری کوئی بھی نکل جدے کرن دا نہیں بل وڈی ہور کیڑی گل یا رسول خدا سب تساں دی نکل بیٹا مریم دا ابن مریم ہوا کرے کوئی میرے دکھ کی دوا کرے کوئی وہ آؤں گا ہی مسیحا بن گیا امت دا مسیحا بن کے آیا قوم بنی اسرائیل نے اور قوم کیسی کہ اس پارسا بی بی جدا کہ کدی چہرے کسی نہیں دیکھے کسی نے پتہ ہی نہیں کہ وہ بی بی کون ہے اینا پتا سی کہ زکریہ بھی پیغمبر خدا ہے وہ دی نواسی ہے وہ دی نواسی ہے جیڑی کہ ایک قرآن دازی نے بیچ وہ حضرت زکریہ کے حصے میں چاہیے عزیز و اقربا نے قرآن دازی کی تھی حضرت مریم علیہ السلام واسطے وہ قرآن نکلیا زکریہ نے اور زکریہ کے نامے قرآن کیوں نہ نکل رہا وہ ہے اتنی پاک اور پارسا سی وہ کوئی پال کے میں سکتا سکتا پاک رو دے پالنا بھی پاک ہی ہے نا اللہ کرے سمجھ آ جائے جدو عیسیٰ علیہ السلام دی ولادت ہوئی تو ولادت عیسیٰ دے جڑی قوم سی نا زکریہ دی او کچھ غصے میں چاہ گیا وہ ملال میں چاہ گیا وہ ایک سوال کرنے لگ پہ
ਜ਼ਕਰੀਆ ਨੂੰ ਕਿਹਾ ਤੇਰੀ ਨਿਵਾਸੀ ਨੇ ਬੇਟਾ ਪੈਦਾ ਕੀਤਾ ਹੈ, ਉਹਦੀ ਤੇ ਸ਼ਾਦੀ ਨਹੀਂ ਹੋਈ, ਕਿਸ ਤਰ੍ਹਾਂ ਹੋ ਗਿਆ? ਉਹ ਬੜਾ ਉਹਨਾਂ ਕਿਹਾ ਭਾਈ ਅੱਲਾਹ ਦੀ ਰਜ਼ਾ ਹੈ, ਅੱਲਾਹ ਦੀ, ਮਗਰ ਦੁਨੀਆ ਮੰਨੇ ਕੋਈ ਨਾ, ਉਹਨਾਂ ਦੀ ਕਿਰਪਾ ਦੇ ਲਏ, ਤਲਵਾਰਾਂ ਲਈਆਂ, ਸੂਟੇ ਲਏ, ਪਾਲੇ ਲਏ, ਜੋ ਵੀ ਲਿਆ, ਹਜ਼ਰਤ ਜ਼ਕਰੀਆ ਦੇ ਮਕਾਨ ਦਾ ਗੇਟ ਤੋੜ ਦਿੱਤਾ, ਤੋੜ ਕੇ ਅੰਦਰ ਆਏ, ਉਹ ਭਾਈ ਸਾਹਿਬ ਉਤਰੀ ਮੰਜ਼ਲ 'ਤੇ ਸਨ, ਉਹ ਉਤਰੀ ਮੰਜ਼ਲ 'ਤੇ ਚਲੇ ਗਏ, ਹੱਤਾ ਕਿ ਉਹ ਵੀ ਗੇਟ ਤੋੜ ਦਿੱਤਾ, ਤੋੜ ਕੇ ਅੰਦਰ ਗਏ, ਮਾਈ ਸਾਹਿਬ ਮਰੀਅਮ ਨੂੰ ਆਉਣ ਦਾ ਕਸਮ ਕੀਤਾ, ਜਦੋਂ ਮਾਰਨ ਲੱਗੇ ਨਾ ਮਾਈ ਸਾਹਿਬ ਨੂੰ, ਕਾਫੀ ਲੋਕ ਸਨ, ਉਹ ਹਮਲਾਵਰ ਹੋਏ, ਤਾਂ ਉਹ ਬੱਚਾ ਜੋ ਸਿਰਫ 4 ਦਿਨ ਦਾ ਹੈ, ਉਹ ਮਾਸੂਮ ਸਿਰਫ 4 ਦਿਨ ਦਾ ਛੋਟੀ ਜਿਹੀ ਪੀੜ੍ਹੀ 'ਤੇ ਲਿਟਿਆ ਹੋਇਆ, ਮਾਈ ਸਾਹਿਬਾਂ ਨੇ ਲੁਟਾਇਆ ਆਪਣੇ ਕੋਲ, ਜਦੋਂ ਵੇਖਿਆ ਕਿ ਮੇਰੀ ਮਾਂ 'ਤੇ ਹਮਲਾ ਆਵਰ ਹੋਣ ਲੱਗੇ ਨੇ, ਤਾਂ ਕਿਆ ਖਬਰਦਾਰ, ਖਬਰਦਾਰ, 4 ਦਿਨ ਦਾ ਬੱਚਾ ਭੁੱਲ ਗਿਆ, ਕਿਆ ਖਬਰਦਾਰ, ਖਬਰਦਾਰ, ਮੇਰੀ ਮਾਂ 'ਤੇ ਇਲਜ਼ਾਮ ਨਾ ਲਾਉਣਾ, ਮੇਰੀ ਮਾਂ 'ਤੇ ਇਲਜ਼ਾਮ ਨਾ ਲਾਉਣਾ, ਮੇਰੀ ਮਾਂ ਨੂੰ ਕੋਈ ਜ਼ਿਕਰ ਨਹੀਂ ਕੁਝ, ਮੇਰੀ ਮਾਂ 'ਤੇ ਹਮਲਾਵਰ ਨਹੀਂ ਹੋਣਾ, ਸਾਨੂੰ ਪਤਾ ਨਹੀਂ ਮੇਰੀ ਮਾਂ ਵੀ ਪਾ ਕੇ ਮੈਂ ਵੀ ਪਾਕ ਹਾਂ, ਮੇਰੀ ਮਾਂ ਵੀ ਪਾਕ ਹੈ, ਮੈਂ ਵੀ ਪਾਕ ਹਾਂ, ਮੈਂ ਰਜ਼ਾਏ ਰੱਬੇ ਜਲੀਲ ਦੇ ਨਾਲ ਸ਼ਿਕਮ ਮਰੀਮ ਤੋਂ ਪੈਦਾ ਹੋਇਆ, ਮੈਂ ਅੱਲਾ ਦੀ ਰਜ਼ਾ ਨਾਲ ਆਇਆ, ਔਰ ਤੁਸੀਂ ਤੇ ਮੇਰੀ ਮਾਂ ਨੂੰ ਮਾਰਨ ਆਏ ਹੋ, ਮੈਂ ਤੁਹਾਨੂੰ ਕਹਿੰਦਾ ਮੈਂ ਤੁਹਾਡੇ ਤੇ ਰਸੂਲ ਬਣ ਕੇ ਆਇਆ, ਮੈਂ ਤੁਹਾਡੇ ਤੇ ਰਸੂਲ ਬਣ ਕੇ ਆਇਆ, ਕੱਲਾ ਨਹੀਂ ਆਇਆ, ਨਾਲ ਕਿਤਾਬ ਵੀ ਲੈ ਕੇ ਆਇਆ। ਜਦੋਂ ਉਹਨੇ ਸੁਣਿਆ ਉਹ ਤੰਗ ਰਹਿ ਗਿਆ, ਉਹ ਅਸਲੇ ਉਸਲੇ ਦੇ ਰਹਿ ਗਏ ਨਾ ਉੱਥੇ ਹੀ, ਇਹ ਗੱਲ ਸੋਚਣ ਲੱਗ ਪਿਆ ਕਿ ਯਾਰ ਛੋਟਾ ਜਿਹਾ ਮਾਸੂਮ ਹੈ, 3-4 ਦਿਨ ਦਾ ਬੱਚਾ ਹੈ ਤੇ ਇਹ ਕਹਿਣ ਡਿਆ, ਲਿਹਾਜ਼ਾ ਉਹਨੂੰ ਪਿਛਾ ਹੀ ਫੜ ਜਾਓ ਤੇ ਇਹ ਗੱਲ ਚੱਲੀ ਹੈ, ਪਿਛਾ ਫੜ ਜਾਓ ਇਹ ਗੱਲ ਵੇਖਿਆ ਜਾਏਗਾ, ਇਹਨੂੰ ਹੁਣ ਕੁਝ ਆਖਾਂਗੇ ਤੇ ਹੋ ਸਕਦਾ ਅਜ਼ਾਬ ਇਲਾਹੀ ਨਾਜ਼ਲ ਹੋਏਗਾ। ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਅਸਲ ਜਿਹੜੀ ਜ਼ਿੰਦਗੀ ਦੀ ਗੱਲ ਹੈ ਉੱਥੇ ਇਹ ਕਰਨੀ ਚਾਹੁੰਦਾ ਕਿ ਜਿਹੜੀਆਂ ਕਿਤਾਬਾਂ ਮਾਸੂਮ ਨਬੀਆਂ ਦੇ ਨਾਲ ਹੀ ਦੁਨੀਆਂ 'ਤੇ ਆ ਜਾਏ, ਜਿਹਨਾਂ ਕਿਤਾਬਾਂ ਦੀਆਂ ਗਵਾਹੀਆਂ ਉਹ ਮਾਸੂਮ ਨਬੀ ਜਿਹੜੇ ਸਿਰਫ 4 ਦਿਨ ਦਾ ਮਾਸੂਮ ਨੇ, ਤੇ ਗੱਲ ਕਿਤਾਬ ਦੀ ਕਰੀ ਹੈ, ਮੈਂ ਕਿਤਾਬ ਵੀ ਲੈ ਕੇ ਆਇਆ, ਜਰਾ ਅਹਿਲੇ ਸ਼ੌਰ ਬੈਠੇ ਉੱਥੇ ਮੈਨੂੰ ਦੱਸੋ, ਇਨਸਾਨ ਪੜ੍ਹਨ ਲਿਖਣ ਦੇ ਕਾਬਿਲ ਕਦੋਂ ਹੁੰਦਾ ਹੈ? ਇਨਸਾਨ ਪੜ੍ਹਨ ਲਿਖਣ ਦੇ ਕਾਬਿਲ ਕਦੋਂ ਹੁੰਦਾ? ਜਦੋਂ ਕਮ ਅਜ ਕਮ ਕੁਝ ਕਲਾਸਾਂ ਦਰਸਾਂ 'ਚ ਪੜ੍ਹ ਲਵੇ, ਕੁਝ ਇਲਮ ਹਾਸਿਲ ਕਰ ਲਵੇ। ਮਗਰ ਦੋਸਤੋ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜੋ ਇਲਮੇ ਤੌਹੀਦ ਦੇ ਵਾਰਿਸ ਨੇ ਉਹਨਾਂ ਨੂੰ ਕਿਸੇ ਦਰਸ ਦੀ ਲੋੜ ਨਹੀਂ ਹੈ, ਕਿਸੇ ਸਕੂਲ ਦੀ ਲੋੜ ਨਹੀਂ ਹੈ, ਉਹਨਾਂ ਨੂੰ ਰੱਬ ਪੜ੍ਹਾ ਕੇ ਕਰਦਾ ਹੈ। ਅਤੇ ਜਿਹੜੇ ਪੜ੍ਹੇ ਪੜ੍ਹਾਏ ਦੁਨੀਆਂ 'ਤੇ ਆਉਣ, ਉਹ ਜਿਹੜੀ ਕਿਤਾਬ ਦੀ ਦਲੀਲ ਦੇਣ ਦੀ ਮੈਂ ਕਿਤਾਬ ਲੈ ਕੇ ਆਇਆ, ਉਸ ਕਿਤਾਬ ਦੇ ਅੰਦਰ ਹੈ ਕੀ? ਉਸ ਕਿਤਾਬ ਦੇ ਅੰਦਰ ਸਲਾਹ ਮੁਹੰਮਦ ਮੁਸਤਫਾ, ਉਸ ਕਿਤਾਬ ਦੇ ਅੰਦਰ ਸਲਾਹ ਮੁਹੰਮਦ ਮੁਸਤਫਾ। ਇਹ ਸਾਡੇ ਵਾਸਤੇ ਤੇ ਬੜੇ ਇਨਾਮ ਦੀ ਬਾਤ ਹੈ। ਈਸਾ ਆਵੇ ਤੇ ਸੜੀ ਕਿਤਾਬ, ਮੂਸਾ ਆਵੇ ਤੇ ਪੂਰੀ ਦੀ ਪੂਰੀ ਕਿਤਾਬ, ਦਾਊਦ ਆਵੇ ਤੇ ਪੂਰੀ ਦੀ ਪੂਰੀ ਕਿਤਾਬ। ਤੁਹਾਨੂੰ ਪਤਾ ਕਿ ਜਿਹਨੂੰ ਕੁਰਾਨ ਕਹਿੰਦੇ ਜੋ ਉਮਰ ਕਿਤਾਬ, ਕੁਰਾਨ ਕੀ ਹੈ? ਉਮਰ ਕਿਤਾਬ, ਉਮਰ ਕਿਤਾਬ ਤਮਾਮ ਕਿਤਾਬਾਂ ਦੀ ਮਾਂ। ਇਹ ਬਣੀ ਬਣਾਈ ਨਹੀਂ ਆਈ, ਇਹ ਬਣੀ ਬਣਾਈ। ਤਵੱਜੋ ਨਾ ਸੁਣਨਾ, ਜੇ ਤੁਹਾਡਾ ਦਿਲ ਤਾਜ਼ਾ ਹੋ ਗਿਆ ਤੇ ਮੈਂ ਸਮਝ ਲਾ ਗਿਆ ਜੀ ਹਜ਼ੂਰ ਦਾ ਮਿਲਾ। ਇਹ ਕਿਤਾਬ ਜਿਹਦਾ ਨਾਂ ਕੁਰਾਨ ਕਰੀਮ ਹੈ, ਇਹ ਬਣੀ ਬਣਾਈ ਜਿਲਦ ਵਿੱਚ ਨਹੀਂ ਆਈ, ਬਲਕਿ ਤਾਰੀਖ ਗਵਾਹ ਹੈ
कि एक किताब 3 साल पढ़ती रही। बड़ी बधाई नहीं आई, बड़ी बधाई नहीं आई। 3 साल पढ़ती ही नहीं, पढ़ती ही नहीं, पढ़ती ही नहीं। पता नहीं क्यों, इस गल का पता नहीं क्यों। गौर करो हमारा क्यों, अल्लाह की तमाम जी है ना खेल पहला मुकम्मल हो चुकी है। ये तो क्या लफ्ज कुल दलालत करता है कि अल्लाह करीम ने लफ्ज कुल कह के सब कुछ बना देता। फरमाया इन्नमा अम्रुहु इज़ा अरादा शाय अन यकूल लहू कुन 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 कुन। ये फरमाया फयकून, फरमाया जब मैंने कहा ना कुन हो जा तो फिर वो हो गया। जब अल्लाह फरमाया मैंने इरादा किया, मैंने इरादा किया कि कायनात को तख्लीक करूं तो फिर मैंने क्या किया, मैंने कहा कुन, उधर मैंने कुन कहा, इधर सब कुछ बन गया। फयकून तो जेड़ी ये पूरी कायनात अल्लाह के एक लफ्ज़ से कुन की पैदावार है। ओदा महबूब जदो मन से मनसब नबूवत संभाले, नबी बने, रसूल बने, मनसब पैगंबर संभाले, ये तिन्ने मनसब मेरी सरकार दे कोल ने। जो ये मनसब संभाल ले तो फिर की होया, हुण कुन वाली गल नजर नहीं आउंदी। महबूब की रजा वेंदा पिया, मखलूक बनी उनके आगे कुल तख्लीक हो गई। भाई सारी दी सारी मखलूक एक कुन दी पैदावार है, ते जदो महबूब दी वारी आई उदो दस दिता ये मखलूक में शुमार नहीं है, मखलूक बड़ी है। आदम तो लेके मखलूक अतावा करता नजर आता है, मखलूक नबिया रसूला पैगंबर मौत से देता होया नजर आ रहा है, आ रहा है, आ रहा है, मगर वो मखलूक वास्ते रखे सो। जो मालिक मखलूक का आवे फिर मौजे नहीं देता, पक्के दुनिया को कहता है कौन मरवे मेरे मोहम्मद का वजूद नहीं मिलूगा। मेरे महबूब का वजूद ही बोल रहा है, बस मेरा बसदान है कि मैं जी नहीं कह रही वो भी कह छी, किसी को समझ आ रहे हो या ना आवे। एक जात मोहम्मद च है जो आप मौजदा है, एक जात मोहम्मद च है जो खुद मौजदा है, जिदा वजूद मौजदा है, जिदा वजूद मौजदा है। हम अहले इलम बैठे हो कि मेरी गल का भार चुक लिया जे, बाकी जो सारी की सारी तखलीक है खुदा है, ये मौजदा मौजदा भी तखलीक है।
मौजा तखलीक नहीं, मौजा रजाए खुदा है। मौजा तखलीक नहीं ना, तखलीक होवे ते बार बार होवे। तखलीक होवे ते बार बार होवे। इंसान तखलीक है ना, बार बार होता ते किथे नहीं होता। तकरीबन कदों में सात अरब आबादी पूरी कायनात दी बार बार आंदे ना, आ दो जांदे ने ते सौ आंदे ने, मगर मौजा कितनी कुवरी आया है। अगर मूसा नु असा अता करता है अल्लाह, अल्लाह असा अता करता है मूसा नु, ते वो बनता है अजदहा, बहुत बड़ा अजदहा बनता है। ऐसा इन्ना करदा दुनिया दे वेखे नहीं किसी ने, समझ आती जी। फिर उस तो बाद कोई सोचा अजदहा से नहीं बनिया, बार बार कोई सोचा, बार बार कोई सोचा अजदहा से नहीं बनिया। जे हाथ में अंगे की शक्ल का बैजवी शक्ल का नूर अता कर दे, फिर कोई दूसरी तली कोई दूसरा हाथ परत के ऐसा जरूर जाहिर करते नहीं सकिया। जे साले ने उठनी बना दी ते उस उठनी की नकल ते है वो किथे वे, दोबारा नहीं ऐसा कुछ भी होया। जे तूर ते जलवा पिया एको बारी पिया के रोज रोज पैदा है, क्यों क्यों के है मौजूदा भाई। मौजदा रोज रोज नहीं होता, मौजदा बार बार नहीं होता, मौजदा पैदा नहीं होता, मौजदा पैदा नहीं होता। मौजदा रजाए रब्बे जलील का नाम है, इस वास्ते मेरा मोहम्मद मुस्तफा पैदा नहीं होता, ये रजाए रब्बे जलील है जो वजूद रह गया। मिलाद ते नफरत छड़ जाए और शाना की नहीं, शाना की नहीं। सूरत अल अनफाल आयत नंबर 33 नोट कर लो, जिथे अल्लाह ताला बाकी नबियां नूं अमर करदा नजर आउंदा, उत्थे जदों सरकार दी वारी आवे ते कोई ना कोई शान ही दसदा, कोई ना कोई हजूर दी आका करीम दी शान ही बयान करदा। अल्लाह कैसी अजीब गल है, बाकी किताबां च नबियां नूं अमर ते जिहड़ी त्रई साल बनती नहीं ओहदे विच शान, ते ओहदी शान जिहदे नामे लगी ये किताब, और ऐसी शान, ऐसी शान कि मैं कहना सारी कायनात दीआं किताबां इक वास्ते इक पास, मेरे आका दी किताब दा इक सफा जिहड़ा ओहदा ही जवाब कोई नहीं। मैं कहना सफा ते बड़ी वड्डी गल है, इक इक सतर दा ही जवाब, एक सतर भी बड़ी वड्डी गल है, एक लफ्ज़ का जवाब नहीं है कायनात दे। रंग जुनैदी कादरी पूरा रंग है सिबवा तल्ला, सदका पाक अली दा सानू लभ्या नूर तजल्ला।